ਤੁਸੀਂ ਪੁਰਾਣੀ ਪਲਾਸਟਿਕ ਦੀ ਬੋਤਲ ਨਾਲ ਇੱਕ ਬੜਾ ਸੋਹਣਾ ਘੁੰਮਣ ਵਾਲਾ ਲਾਟੂ ਬਣਾ ਸਕਦੇ ਹੋ। ਇਸ ਲਈ ਤੁਹਾਨੂੰ ਇੱਕ ਪੁਰਾਣੀ ਪਲਾਸਟਿਕ ਦੀ ਬੋਤਲ, ਟੇਪ, ਕੈਂਚੀ ਅਤੇ ਮਾਰਕਰ ਚਾਹੀਦਾ ਹੋਵੇਗਾ। ਬੋਤਲ ਦਾ ਤੱਲਾ ਕੱਟ ਦਿਵੋ ਅਤੇ ਮਾਰਕਰ ਨਾਲ ਪੰਜ ਕੋਨਿਆਂ ਵਾਲੇ ਤਾਰੇ ਦਾ ਆਕਾਰ ਬਣਾਓ। ਇਹ ਚਿੱਤਰ ਪੰਜ ਪੰਖੜੀਆਂ ਵਾਲੇ ਫੁੱਲ ਦੀ ਤਰ੍ਹਾਂ ਲੱਗੇਗਾ। ਪੰਖੜੀਆਂ ਨੂੰ ਕੈਂਚੀ ਨਾਲ ਕੱਟ ਦਿਵੋ। ਹਰ ਪੰਖੜੀ ਨੂੰ ਇਸ ਤਰ੍ਹਾਂ ਮੋੜੋ ਕਿ ਉਹ ਪੱਖੇ ਦੇ ਬਲੇਡ ਦੀ ਤਰ੍ਹਾਂ ਲੱਗੇ। ਬੋਤਲ ਦਾ ਤੱਲਾ ਮਜ਼ਬੂਤ ਸਥਿਰਤਾ ਦੇਣ ਲਈ ਬਿਲਕੁਲ ਸਹੀ ਹੈ। ਉੱਤੋਂ ਹਵਾ ਮਾਰਨ 'ਤੇ ਪਲਾਸਟਿਕ ਦਾ ਫੁੱਲ ਬਹੁਤ ਹੀ ਸੋਹਣੇ ਤਰੀਕੇ ਨਾਲ ਘੁੰਮਦਾ ਹੈ। ਆਪਣੇ ਲਾਟੂ ਨੂੰ ਰੰਗੀਨ ਟੇਪ ਨਾਲ ਸਜਾ ਕੇ ਹੋਰ ਵੀ ਸੋਹਣਾ ਬਣਾਓ।